ਕਮਾ ਦੇਵੇ ਗੇਮ ਗੱਭਰੂ ਨੂੰ ਹੁਕਮ ਦਾ ਯੱਕਾ ਕਹਿੰਦੇ ਆ ਬੰਨ ਬੰਨ ਅੱਖਾਂ ਮਰਦਾ ਨਿਸ਼ਾਨੇ ਨਿਸ਼ਾਨ ਚੀ ਪੱਕਾ ਕਹਿੰਦੇ ਆ ਹੁਣ ਭੋਰਨੇ ਆ ਦੰਦ ਵੈਰੀਆਂ ਦੇ ਲੱਗੀ ਫੁੱਟ ਦੀ ਜ਼ਬਾਨ ਆ ਫਿਕਰ ਪਿਆ ਨੇਰੀਆਂ ਨੂੰ ਵੇਖ ਆਉਂਦਾ ਚੜਿਆ ਤੂਫਾਨ ਆ ਹੁਣ ਖੁੱਲ ਗਿਆ ਸਣ ਪਾਊਗਾ ਖਿਲਾਰੇ ਕਹਿੰਦੀ ਉੱਡੀ ਉੱਡੀ ਮੈਂ ਵੀ ਸੁਣੀ ਇੱਕ ਗੱਲ ਟੋਚਣ ਵਾਲੇ ਜੱਟ ਆ ਗਏ ਚੜ ਕੇ ਦੁਬਾਰੇ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ, ਪੰਜਾਬੀ ਸਿੰਗਰ ਤੇ ਪੰਜਾਬ ਦੀਆਂ ਦੋ ਤਿੰਨ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। ਸ਼ੁਰੂਆਤ ਕਰਦੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ। ਸਿੱਧੂ ਮੂਸੇਵਾਲਾ, ਕਰਨ ਔਜਲਾ, ਦਲਜੀਤ ਦੋਸਾਂਝ, ਅਮਰਿੰਦਰ ਗਿੱਲ, ਬਾਨੀ ਸੰਧੂ ਤੇ ਦੋਸਤੋ ਇੱਕ ਦੋ ਹੋਰਨਾਂ ਸਟਾਰਾਂ ਦਾ ਆਪਾਂ ਵਾਰੋ ਵਾਰੀ ਜ਼ਿਕਰ ਕਰਾਂਗੇ। ਤੇ ਦੋਸਤੋ ਸ਼ੁਰੂਆਤ ਸਿੱਧੂ ਮੂਸੇਵਾਲੇ ਤੋਂ ਹੀ ਕਰਾਂਗੇ ਜੋ ਕਿ ਸੋਸ਼ਲ ਮੀਡੀਆ ਤੇ ਹੌਟ ਟੌਪਿਕ ਹੈ। ਤੇ ਦੋਸਤੋ ਕੱਲ੍ਹ ਨੂੰ ਉਹ ਹੋਣ ਵਾਲਾ ਹੈ ਜਿਸ ਦੀ ਕਿ ਫੈਨ ਪਿਛਲੇ 2 ਮਹੀਨਿਆਂ ਤੋਂ ਉਡੀਕ ਕਰ ਰਹੇ ਸਨ। ਕਹਿਣ ਦਾ ਮਤਲਬ ਦੋਸਤੋ ਸਿੱਧੂ ਦੀ ਐਲਬਮ ਦਾ ਪਹਿਲਾ ਗਾਣਾ ਆਉਣ ਵਾਲਾ ਹੈ। ਤੇ ਦੋਸਤੋ ਇਸ ਦੇ ਸ਼ਬਦਾਂ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲੇ ਨੇ ਬਹੁਤ ਵੱਡੇ ਵੱਡੇ ਜਵਾਬ ਦਿੱਤੇ ਹਨ ਆਪਣੇ ਵਿਰੋਧੀਆਂ ਨੂੰ। ਤੇ ਦੋਸਤੋ ਸਿਰਫ ਇਹੀ ਨਾ ਮੰਨ ਲਿਓ ਕਿ ਇਹ ਸਿਰਫ ਇੱਕ ਗਾਣਾ ਹੈ, ਇਹ ਇੱਕ ਤਰ੍ਹਾਂ ਨਾਲ ਮੂਸੇ ਟੇਪ ਦੀ ਇੰਟਰੋ ਵੀ ਹੈ। ਦੋਸਤੋ ਜਦੋਂ ਤੁਸੀਂ ਪੋਸਟਰ ਚੈੱਕ ਕਰੋਗੇ ਤਾਂ ਸਿੱਧੂ ਮੂਸੇਵਾਲੇ ਨੇ ਗਾਣੇ ਦਾ ਨਾਮ ਲਿਖਿਆ ਹੈ ਤੇ ਹੇਠਾਂ ਇਹ ਵੀ ਲਿਖਿਆ ਹੈ ਕਿ ਇਹ ਹੈ ਮੂਸੇ ਟੇਪ ਦੀ ਇੰਟਰੋ। ਤੇ ਦੋਸਤੋ ਕਿੱਡ ਤੇ ਸਨੀ ਡੈਂਸ ਹੋਣੀ ਜੋ ਕਿ ਸਿੱਧੂ ਮੂਸੇਵਾਲੇ ਦੇ ਫੇਵਰੇਟ ਮਿਊਜ਼ਿਕ ਪ੍ਰੋਡਿਊਸਰ ਨੇ, ਉਹ ਵੀ ਇਸੇ ਰਿਲੇਟਡ ਹੀ ਕੁਝ ਕੁ ਪੋਸਟਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰ ਰਹੇ ਹਨ। ਕਹਿਣ ਦਾ ਮਤਲਬ ਦੋਸਤੋ ਉਹ ਇਸ ਤੇ ਕੰਮ ਕਰਦੇ ਦਿਖਾਈ ਦੇ ਰਹੇ ਹਨ। ਗਾਣੇ ਤਾਂ ਦੋਸਤੋ ਤਿਆਰ ਹੋ ਚੁੱਕੇ ਹਨ, ਸ਼ਾਇਦ ਹੀ ਇਹ ਦੁਬਾਰਾ ਗਾਣੇ ਸੁਣ ਰਹੇ ਹੋਣ ਜਾਂ ਜੋ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੇ ਉਹਨਾਂ ਤੇ ਇਹ ਸ਼ਡਿਊਲ ਕਰ ਰਹੇ ਹਨ। ਬਾਕੀ ਦੋਸਤੋ ਐਲਬਮ A to Z ਤਿਆਰ ਹੈ। ਪਹਿਲੀ ਗੱਲ ਤਾਂ ਦੋਸਤੋ ਕੱਲ੍ਹ ਨੂੰ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਦਾ ਜਨਮ ਦਿਨ ਹੈ। ਸਪੈਸ਼ਲ ਗਿਫਟ ਕਰ ਰਿਹਾ ਹੈ ਸਿੱਧੂ ਮੂਸੇਵਾਲਾ ਪੂਰੀ ਦੀ ਪੂਰੀ ਐਲਬਮ ਆਪਣੀ ਮਾਤਾ ਜੀ ਦੇ ਜਨਮ ਦਿਨ ਤੇ। ਦੋਸਤੋ ਕੀ ਲੱਗਦਾ ਹੈ ਫਿਰ ਕਿ ਇਹ ਗਾਣਾ ਵਿਰੋਧੀਆਂ ਨੂੰ ਟਾਰਗੇਟ ਕੀਤਾ ਹੋਵੇਗਾ ਜਿਸ ਤਰ੍ਹਾਂ ਨਾਲ ਗਾਣੇ ਦਾ ਨਾਮ ਹੈ, ਜਾਂ ਕਹਿ ਲਓ ਮੂਸੇ ਟੇਪ ਇੰਟਰੋ ਦਾ ਨਾਮ ਰੱਖਿਆ ਗਿਆ ਹੈ ਕਿ ਇਹ ਵਿਰੋਧੀਆਂ ਨੂੰ ਬਹੁਤ ਵੱਡਾ ਜਵਾਬ ਹੋ ਸਕੇਗਾ। ਇਸ ਬਾਰੇ ਦੋਸਤੋ ਤੁਸੀਂ ਕੀ ਸੋਚਦੇ ਹੋ, ਤੁਹਾਡੇ ਕੀ ਵਿਚਾਰ ਨੇ, ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਤੇ ਦੋਸਤੋ ਇੱਥੇ ਹੁਣ ਅਸੀਂ ਸਨੀ ਮਿਲਟਨ ਦਾ ਜ਼ਿਕਰ ਕਰਨਾ ਚਾਹਾਂਗੇ ਜੋ ਕਿ ਕੁਝ ਕੁ ਦਿਨ ਪਹਿਲਾਂ ਹੀ ਆਪਣੀ ਇੰਟਰਵਿਊ ਵਿੱਚ ਇਹ ਕਹਿ ਚੁੱਕਾ ਹੈ ਕਿ ਸਿੱਧੂ ਮੂਸੇਵਾਲੇ ਨਾਲ ਉਸ ਦਾ A to Z ਮਸਲਾ ਸੁਲਝ ਚੁੱਕਾ ਹੈ, ਜਿਸ ਕਰਕੇ ਹੀ ਦੋਸਤੋ ਸ਼ਾਇਦ ਸਿੱਧੂ ਮੂਸੇਵਾਲੇ ਨੇ ਸਨੀ ਮਿਲਟਨ ਨੂੰ ਅਨਬਲੌਕ ਕਰ ਦਿੱਤਾ ਸੀ ਤੇ ਸਨੀ ਮਿਲਟਨ ਸਿੱਧੂ ਮੂਸੇਵਾਲੇ ਨੂੰ ਫੋਲੋ ਵੀ ਕਰਨ ਲੱਗ ਗਿਆ ਸੀ। ਇੱਥੋਂ ਤੱਕ ਕਿ ਸਨੀ ਮਿਲਟਨ ਨੇ ਸਿੱਧੂ ਮੂਸੇਵਾਲੇ ਦੇ 2-3 ਗਾਣੇ ਦੇ ਪੋਸਟਰ ਜਿਵੇਂ ਕਿ ਜੱਟ ਪੂਰਾ ਕੈਮ, ਸਿੱਧੂ ਸਨ ਗੋਟ, ਇਹਨਾਂ ਦੇ ਕਮੈਂਟ ਵੀ ਕੀਤੇ ਸਨ। ਪਰ ਦੋਸਤੋ ਇਹਨਾਂ ਦਾ ਵਿਵਾਦ ਸੁਲਝਿਆ ਹੈ ਜਾਂ ਨਹੀਂ ਇਹ ਗੱਲ ਹਲੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਈ ਹੈ। ਪਰ ਦੋਸਤੋ ਆਪਾਂ ਮੁੱਦੇ ਦੀ ਗੱਲ ਤੇ ਆਉਂਦੇ ਹਾਂ ਕਿ ਸਨੀ ਮਿਲਟਨ ਨੇ ਆਖਰਕਾਰ ਹਾਲ ਹੀ ਕੀ ਕੀਤਾ ਤੇ ਜਿਸ ਕਰਕੇ ਉਸ ਦੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਚਰਚਾ ਹੋ ਰਹੀ ਹੈ। ਤੇ ਦੋਸਤੋ ਤੁਸੀਂ ਇਹ ਦੇਖੋ, ਸਨੀ ਮਿਲਟਨ ਨੇ ਪੋਸਟ ਪਾਉਂਦੇ ਹੋਏ ਕਿਹਾ ਕਿ ਟੈਗ ਸੰਬੰਧ ਯੂ ਵਾਨਾ ਸੀ ਮੀ ਕਲੈਬਦ, ਕਿ ਉਸ ਸ਼ਖਸ ਨੂੰ ਟੈਗ ਕਰੋ ਜਿਸ ਨਾਲ ਤੁਸੀਂ ਚਾਹੁੰਦੇ ਹੋ ਕਿ ਮੈਂ ਕਲੈਬ ਕਰਾਂ। ਤੇ ਦੋਸਤੋ ਤੁਸੀਂ ਕਮੈਂਟ ਵੀ ਦੇਖ ਲਓ, ਸਿੱਧੂ ਮੂਸੇਵਾਲਾ, ਸਿੱਧੂ ਮੂਸੇਵਾਲਾ, ਸਿੱਧੂ ਮੂਸੇਵਾਲਾ, ਕਰਨ ਔਜਲਾ, ਸਿੱਧੂ ਮੂਸੇਵਾਲਾ, ਨੀਟੂ ਛੱਟਣ ਵਾਲਾ ਤਾਂ ਦੋਸਤੋ ਚਲੋ ਹਾਸੇ ਮਖੌਲ ਜੀ ਕਹਿ ਰਹੇ ਸਨ, ਪਰ ਦੋਸਤੋ ਮੇਨ ਜੋ ਗੱਲ ਸੀ ਕਿ ਸਿੱਧੂ ਮੂਸੇਵਾਲੇ ਦਾ ਜ਼ਿਆਦਾ ਜ਼ਿਕਰ ਕਰ ਰਹੇ ਹਨ ਲੋਕ ਇਸ ਕਮੈਂਟਾਂ ਹੇਠ। ਤੇ ਦੋਸਤੋ ਕੀ ਲੱਗਦਾ ਹੈ ਫਿਰ, ਜੇਕਰ ਸਨੀ ਮਿਲਟਨ ਤੇ ਬਿਗ ਬਰਡ ਸਿੱਧੂ ਮੂਸੇਵਾਲੇ ਨਾਲ ਇਕੱਠੇ ਹੁੰਦੇ, ਉਹ ਉਹਨਾਂ ਨਾਲ ਨਾ ਲੜਦਾ, ਤਾਂ ਅੱਜ ਜੋ ਟੇਪ ਆ ਰਹੀ ਹੈ, ਸਿੱਧੂ ਦੀ ਐਲਬਮ ਆ ਰਹੀ ਹੈ, ਤਾਂ ਅੱਧੇ ਗਾਣੇ ਦਾ ਮਿਊਜ਼ਿਕ ਦੇਣਾ ਸੀ ਬਿਗ ਬਰਡ ਨੇ ਤੇ ਸਨੀ ਮਿਲਟਨ ਨੇ ਵੀ ਸਿੱਧੂ ਦੇ ਕਈ ਗਾਣਿਆਂ ਵਿੱਚ ਫੀਚਰ ਕਰਨਾ ਸੀ। ਪਰ ਦੋਸਤੋ ਵਕਤ ਦੀ ਹੇਰ ਫੇਰ, ਪਰ ਦੋਸਤੋ ਸਨੀ ਮਿਲਟਨ ਦੀ ਇਸ ਪੋਸਟ ਬਾਰੇ ਜਿਸ ਵਿੱਚ ਕਿ ਉਹ ਕਹਿ ਰਿਹਾ ਹੈ ਕਿ ਮੈਂ ਕਿਸ ਨਾਲ ਕਲੈਬ ਕਰਾਂ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਇਸ ਬਾਰੇ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਤੇ ਦੋਸਤੋ ਇੱਥੇ ਹੁਣ ਅਸੀਂ ਜ਼ਿਕਰ ਕਰਨਾ ਚਾਹਾਂਗੇ ਬਾਨੀ ਸੰਧੂ ਦਾ, ਜਿਸ ਦਾ ਕਿ ਕੁਝ ਕੁ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਬਵਾਲ ਚੱਲ ਰਿਹਾ ਹੈ। ਵਿਵਾਦ ਤਾਂ ਦੋਸਤੋ ਨਹੀਂ ਕਹਿ ਸਕਦੇ, ਕੁਝ ਕੁ ਪੇਜਾਂ ਵਾਲਿਆਂ ਨੇ ਹੀ ਬਾਨੀ ਸੰਧੂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਦੀ ਐਲਬਮ ਜੋ ਆਉਣ ਵਾਲੀ ਹੈ। ਹਾਲਾਂਕਿ ਦੋਸਤੋ ਉਸ ਨੇ ਹੁਣ ਐਲਾਨ ਨਹੀਂ ਕੀਤਾ, ਐਲਾਨ ਕੀਤਾ ਹੈ 2020 ਦਾ, ਉਸ ਨੂੰ ਹੀ ਕੁਝ ਕੁ ਲੋਕਾਂ ਨੇ ਦੁਬਾਰਾ ਪੋਸਟ ਪਾ ਕੇ ਸ਼ੇਅਰ ਕੀਤਾ ਹੈ। ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਕੁਝ ਕੁ ਲੋਕਾਂ ਵੱਲੋਂ ਕ੍ਰਿਟਿਸਿਜ਼ਮ ਕੀਤੇ ਜਾਣ ਦੇ ਬਾਨੀ ਸੰਧੂ ਨੇ 2-3 ਪੋਸਟਾਂ ਪਾ ਕੇ ਉਹਨਾਂ ਨੂੰ ਜਵਾਬ ਦਿੱਤਾ ਹੈ। ਤੇ ਦੋਸਤੋ ਤੁਹਾਨੂੰ ਪਹਿਲਾਂ ਪੇਜਾਂ ਵਾਲਿਆਂ ਦੀ ਗੱਲ ਦੱਸ ਦਈਏ ਕਿ ਉਹਨਾਂ ਨੇ ਆਖਰ ਕੀਤਾ ਕਿ ਜਿਸ ਕਰਕੇ ਬਾਨੀ ਸੰਧੂ ਜੀ ਨੂੰ ਥੋੜਾ ਜਿਹਾ ਗੁੱਸਾ ਆਇਆ। ਦੋਸਤੋ ਜਿਵੇਂ ਕਿ ਸਾਰੇ ਹੀ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ, ਕਰਨ ਔਜਲਾ, ਰਣਜੀਤ ਬਾਬਾ, ਅਮਰਿੰਦਰ ਗਿੱਲ ਤੇ ਹੋਰ ਵੀ ਕਈ ਪੰਜਾਬੀ ਸਿੰਗਰ ਆਪਣੀਆਂ ਐਲਬਮਸ ਰਿਲੀਜ਼ ਕਰ ਰਹੇ ਹਨ। ਤੇ ਦੋਸਤੋ ਬਾਨੀ ਸੰਧੂ ਨੇ ਤਾਂ 1 ਸਾਲ ਪਹਿਲਾਂ ਦਾ ਆਪਣੀ ਐਲਬਮ ਦਾ ਪੋਸਟਰ ਪਾਇਆ ਹੋਇਆ ਹੈ ਤੇ ਜਿਸ ਨੂੰ ਹੀ ਸ਼ੇਅਰ ਕਰਦੇ ਹੋਏ ਉਹਨਾਂ ਨੇ ਇਹ ਕਿਹਾ ਕਿ ਇਹ ਐਲਬਮ ਹੁਣ ਆਉਣੀ ਹੈ ਤੇ ਉਹ ਕੁਝ ਕੁ ਬੁਰਾ ਭਲਾ ਬੋਲਣ ਲੱਗ ਗਏ ਬਾਨੀ ਸੰਧੂ ਨੂੰ ਕਿ ਇਹਨਾਂ ਦੀਆਂ ਐਲਬਮ ਆਉਣੀਆਂ ਨੇ, ਤੂੰ ਇਦਾਂ ਕਰ ਰਹੀ ਹੈ ਤੇ ਹੋਰ ਵੀ ਕੁਝ ਕੁ ਆਪੱਤੀਜਨਕ ਸ਼ਬਦ ਉਹਨਾਂ ਨੇ ਵਰਤੇ। ਤੇ ਦੋਸਤੋ ਜਿਨ੍ਹਾਂ ਦਾ ਜਵਾਬ ਦਿੰਦੇ ਹੋਏ ਬਾਨੀ ਸੰਧੂ ਨੇ 2 ਪੋਸਟਾਂ ਪਾਈਆਂ। ਪਹਿਲੀ ਪੋਸਟ ਵਿੱਚ ਦੋਸਤੋ ਉਸਨੇ ਲਿਖਿਆ 8 ਸਤੰਬਰ 2020 ਨੂੰ ਮੈਂ ਪੋਸਟਰ ਪਾਇਆ ਸੀ ਐਲਬਮ ਦਾ, ਪਰ ਜੋ ਕੁਝ ਵੀ ਹੋ ਰਿਹਾ ਹੈ ਇਹਨਾਂ ਚੀਜ਼ਾਂ ਦੇ ਚੱਲਦੇ ਉਹ ਡਿਲੇ ਹੋ ਗਈਆਂ, ਸਾਰੇ ਸੌਂਗਸ ਰੈਡੀ ਆ, ਬਹੁਤ ਜਲਦੀ ਐਲਬਮ ਰਿਲੀਜ਼ ਕਰੀ ਜਾਊਗੀ। ਮੈਨੂੰ ਕਈ ਜਾਣੇ ਦੇ ਮੈਸੇਜ ਕਾਲਸ ਆਏ ਵੀ ਕਿਸੇ ਨਾਲ ਤੁਹਾਡਾ ਰੌਲਾ, ਜਿਹੜਾ ਟ੍ਰੋਲ ਬਣਾ ਰਹੇ ਆ ਕੁਝ
ਪੇਜਾਂ ਵਾਲੇ ਸਾਰਿਆਂ ਨੂੰ ਇੱਕੋ ਗੱਲ ਕਹਿੰਦੀ ਹਾਂ ਵੀ ਮੇਰਾ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਇਹਨਾਂ ਨਾਲ। ਉਹਨਾਂ ਪੇਜਾਂ ਵਾਲਿਆਂ ਨੂੰ ਮੈਂ ਇੱਕੋ ਹੀ ਚੀਜ਼ ਕਹਿੰਦੀ ਹਾਂ, ਮੈਂ ਵੀ ਵੀਰੇ ਬੰਦਿਆਂ ਵਾਲੀ ਕਰੀ ਦੀ ਆ, ਡੰਗਰਾਂ ਵਾਲੀ ਨਹੀਂ। ਆਈ ਰਿਸਪੈਕਟ ਯੂ, ਬਟ ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰੋ। ਮੇਰੇ ਵੀ ਬ੍ਰਦਰਸ ਦੇਖਦੇ ਆ ਸਾਰਾ ਕੁਝ ਜੋ ਮੈਨੂੰ ਅੱਗੇ ਫਾਰਵਰਡ ਕਰ ਰਹੇ ਆ। ਇਸੇ ਗੱਲੋਂ ਹੀ ਲੋਕੀ ਆਪਦੀ ਕੁੜੀਆਂ ਨੂੰ ਘਰੋਂ ਬਾਹਰ ਨਿਕਲਣ ਨਹੀਂ ਦਿੰਦੇ। ਐਂਡ ਤੁਸੀਂ ਲੋਕਾਂ ਨੂੰ ਅੱਗੇ ਵਧਦੇ ਦੇਖ ਕੇ ਜਰਦੇ ਹੀ ਨਹੀਂ। ਹਰ ਬੰਦਾ ਮਿਹਨਤ ਕਰਕੇ ਪਹੁੰਚਦਾ ਆਪਣੇ ਕਿਸੇ ਮੁਕਾਮ ਤੇ, ਬੈਠੇ ਬੈਠੇ ਕੁਝ ਨਹੀਂ ਮਿਲਦਾ। ਜੇ ਮੈਂ ਕਦੇ ਆਪਣੀ ਸਟਰਗਲ ਨਹੀਂ ਦੱਸੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਸਟਰਗਲ ਨਹੀਂ ਕੀਤੀ। ਤੁਸੀਂ ਕੀ ਜਾਣਦੇ ਹੋ ਕਿਸੇ ਬਾਰੇ? ਬਸ ਆਹ ਵਾ ਵੀ ਜਿਹੜਾ ਆਰਟਿਸਟ ਸੋਸ਼ਲ ਮੀਡੀਆ ਤੇ ਬਹੁਤ ਸਾਊ ਦੱਸਦਾ ਉਹ ਰੀਅਲ 'ਚ ਵੀ ਸਾਊ ਹੁੰਦਾ, ਸ਼ਰੀਫ ਜਿਹਾ ਹੁੰਦਾ। ਲਾਈਕ ਕੋਈ ਵੀ ਜਜਮੈਂਟ ਪਾਸ ਕਰੋ, ਬਸ ਸੀਰੀਅਸਲੀ ਮੈਂ ਜਿੱਦਾਂ ਦੀ ਆ ਮੈਂ ਹੈਪੀ ਹਾਂ, ਐਟਲੀਸਟ ਫੇਕ ਨਹੀਂ ਹੈਗੀ। ਕਈਆਂ ਵਾਂਗੂ ਜਿਹੜੇ ਸੋਸ਼ਲ ਮੀਡੀਆ ਤੇ ਉਹੀ ਪਾਉਂਦੇ ਨੇ ਜੋ ਉਹਨਾਂ ਨੂੰ ਪਤਾ ਵੀ ਹਾਂ ਲੋਕੀ ਅਕਸੈਪਟ ਕਰਦੇ ਨੇ। ਜੇ ਮਾੜਾ ਮੋਟਾ ਵੀ ਇੱਦਾਂ ਉੱਦਾਂ ਪੋਸਟਾਂ ਕੀਤੀਆਂ ਤਾਂ ਲੋਕੀ ਜੱਜ ਕਰਦੇ। ਮੈਂ ਇੰਨੀ ਕੌਨਸ਼ੀਅਸ ਨਹੀਂ ਹਾਂ, ਮੇਰਾ ਹਿਸਾਬ ਸਿੱਧਾ ਜਿਹਾ, ਜੋ ਕਹਿਣਾ ਹੁੰਦਾ ਕਹਿ ਦੇਣਾ, ਫੂਕੀ ਫੜ ਨਹੀਂ ਮਾਰਦੇ। ਬਾਕੀ ਦੋਸਤੋ ਇੱਕ ਦੋ ਹੋਰ ਵੀ ਅਹਿਮ ਗੱਲਾਂ ਕੀਤੀਆਂ ਨੇ। ਮੇਨ ਗੱਲ ਤਾਂ ਉਸਨੇ ਇਹੀ ਸੀ ਕਿ ਜੋ ਵੀ ਲੋਕ ਉਸਦਾ ਵਿਵਾਦ ਬਣਾ ਰਹੇ ਹਨ ਸੋਸ਼ਲ ਮੀਡੀਆ ਤੇ ਇਸ ਐਲਬਮ ਕਰਕੇ, ਜਦਕਿ ਦੋਸਤੋ ਉਸਨੇ ਐਲਬਮ ਦਾ 1 ਸਾਲ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ। ਹੁਣ ਉਸਦੀਆਂ ਕੁਝ ਪੋਸਟਾਂ ਉਸ ਨਾਲ ਕੁਝ ਟ੍ਰੋਲ ਬਣਾ ਕੇ ਉਸਨੂੰ ਵਿਵਾਦਾਂ ਵਿੱਚ ਲੈ ਕੇ ਆਉਣਾ, ਇਸੇ ਕਰਕੇ ਹੀ ਬਾਨੀ ਸੰਧੂ ਦੋਸਤੋ ਆਪਣਾ ਅਫਸੋਸ ਜਤਾ ਰਹੀ ਹੈ। ਤੇ ਦੋਸਤੋ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ? ਹਾਲਾਂਕਿ ਵੈਸੇ ਦੋਸਤੋ ਬਾਨੀ ਸੰਧੂ ਦਾ ਕੋਈ ਵਿਵਾਦ ਤਾਂ ਨਹੀਂ ਹੈ, ਕੁਝ ਕੁ ਪੇਜਾਂ ਵਾਲਿਆ ਨਹੀਂ ਹੈ, ਬਾਕੀ ਸਾਰੇ ਪੰਜਾਬੀ ਸਿੰਗਰਾਂ ਨਾਲ ਤਾਂ ਉਸਦੀ ਵਧੀਆ ਬਣਦੀ ਹੈ, ਇੱਕ ਦੋ ਹੋਰਨਾਂ ਨਵੇਂ ਸਿੰਗਰਾਂ ਨਾਲ ਉਸਦੀ ਕਲੈਬ ਵੀ ਆ ਰਹੀ ਹੈ। ਪਰ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ? ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਤੇ ਦੋਸਤੋ ਇੱਕ ਹੋਰ ਪੋਸਟ ਪਾਈ ਸੀ ਬਾਨੀ ਸੰਧੂ ਨੇ, ਆਈ ਰਿਸਪੈਕਟ ਐਵਰੀਵਨ, ਜੀ ਕਹੋ ਤੇ ਜੀ ਕਹਾਓ। ਤੇ ਦੋਸਤੋ ਜੋ ਕੁਝ ਵੀ ਪੇਜਾਂ ਵਾਲੇ ਟੂਲ ਕਰਕੇ ਪੰਜਾਬੀ ਸਿੰਗਰਾਂ ਦਾ ਵਿਵਾਦ ਕਰਾਉਣਾ ਚਾਹੁੰਦੇ ਨੇ, ਉਹਨਾਂ ਨੂੰ ਵੀ ਦਰਖਾਸਤ ਹੀ ਹੈ ਇੱਕ ਤਰ੍ਹਾਂ ਨਾਲ, ਮੰਨਣਾ ਚਾਹੇ ਨਾ ਹੋਏ ਉਹਨਾਂ ਦੀ ਮਰਜ਼ੀ ਹੈ ਕਿ ਚਲੋ ਖਾਸ ਕਰਕੇ ਆਪਾਂ ਗਰਲਸ ਦੀ ਰਿਸਪੈਕਟ ਜ਼ਰੂਰ ਕਰੀਏ। ਵਿਵਾਦ ਤਾਂ ਚਲੋ ਜਿੰਨਾ ਪੰਜਾਬੀ ਸਿੰਗਰਾਂ ਦੇ ਹੈ ਤਾਂ ਹੈ, ਪਰ ਜਿਹੜੀ ਚੀਜ਼ ਬਾਰੇ ਆਪਾਂ ਨੂੰ ਪਤਾ ਹੀ ਨਹੀਂ, ਨੌਲੇਜ ਹੀ ਨਹੀਂ, ਕਿਸੇ ਬਾਰੇ ਆਪਾਂ ਜਾਣਦੇ ਹੀ ਨਹੀਂ, ਉਹਨਾਂ ਨੂੰ ਜੱਜਮੈਂਟ ਆਪਾਂ ਥੋੜ੍ਹਾ ਘੱਟ ਹੀ ਕਰੀਏ ਤਾਂ ਆਪਣੇ ਲਈ ਵੀ ਬਿਹਤਰ ਰਹੇਗਾ ਤੇ ਸੋਸ਼ਲ ਮੀਡੀਆ ਤੇ ਵੀ ਸ਼ਾਂਤੀ ਬਣੀ ਰਹੇਗੀ। ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ 2 ਮਹੀਨੇ ਬਹੁਤ ਕੁਝ ਨਵੇਕਲਾ ਹੋਣ ਵਾਲਾ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ। ਇੱਕ ਦੋ ਹੋਰਨਾਂ ਸਿੰਗਰਾਂ ਨੇ ਦੋਸਤੋ ਆਪਣੀ ਐਲਬਮਸ ਦਾ ਐਲਾਨ ਕਰ ਦਿੱਤਾ ਹੈ। ਤੇ ਦੋਸਤੋ ਸਭ ਤੋਂ ਜ਼ਿਆਦਾ ਚਰਚਾ ਤਾਂ ਸਿੱਧੂ ਮੂਸੇਵਾਲੇ ਦੀ ਹੀ ਹੈ। 15 ਤਰੀਕ ਨੂੰ ਐਲਬਮ ਆਉਣੀ ਹੈ, ਪੂਰੀ ਤਾਂ ਨਹੀਂ ਆਉਣੀ, ਚਲੋ ਇੱਕ ਜੋ ਵੀ ਗਾਣਾ ਆਉਣਾ ਹੈ, ਪਰ ਦੋਸਤੋ 16 ਤਰੀਕ ਨੂੰ ਕਰਨ ਔਜਲੇ ਦਾ ਪ੍ਰੋਜੈਕਟ, ਤੇ ਉਸ ਤੋਂ ਬਾਅਦ 17 ਤਰੀਕ ਨੂੰ ਫਿਰ ਸਿੱਧੂ ਮੂਸੇਵਾਲੇ ਦਾ ਪ੍ਰੋਜੈਕਟ। ਸੋ ਦੋਸਤੋ ਇਹ ਜੋ ਵਿਵਾਦ ਨੇ ਇਹ ਤਾਂ ਚਲੋ ਆਪਾਂ ਖੁਦ ਨਹੀਂ ਕ੍ਰੀਏਟ ਕੀਤੇ, ਇਹਨਾਂ ਦੇ ਖੁਦ ਦੇ ਹੀ ਨੇ। ਤੇ ਦੋਸਤੋ ਜਿਵੇਂ ਕਿ ਸਿੱਧੂ ਮੂਸੇਵਾਲੇ ਨੇ ਪਹਿਲਾਂ ਐਲਾਨ ਕਰ ਹੀ ਦਿੱਤਾ ਸੀ 15 ਤਰੀਕ ਦਾ, ਉਸ ਤੋਂ ਬਾਅਦ ਐਲਾਨ ਕੀਤਾ ਸੀ ਕਰਨ ਔਜਲਾ ਤੇ ਉਸਦੀ ਅਫੀਸ਼ੀਅਲ ਟੀਮ। ਇਹ ਵਿਵਾਦ ਅਸੀਂ ਨਹੀਂ ਕਰਵਾਇਆ, ਇਹ ਦੋਸਤੋ ਖੁਦ ਹੀ ਹੋ ਰਹੇ ਹਨ, ਜਾਂ ਕਹਿ ਲਓ ਇਹਨਾਂ ਦਾ ਆਪਸੀ ਮਤਭੇਦ ਹੀ ਹੈ। ਤੇ ਬਸ ਹੁਣ ਦੇਖਣਾ ਹੋਵੇਗਾ ਕਿ 15, 16, 17 ਇਹਨਾਂ ਤਿੰਨਾਂ ਦਿਨਾਂ ਵਿੱਚ ਆਖਰ ਹੋਣ ਕੀ ਵਾਲਾ ਹੈ, ਕੀ ਹੋਵੇਗਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ। ਹਲਚਲ ਦੋਸਤੋ ਬਹੁਤ ਹੀ ਜ਼ਿਆਦਾ ਹੈ। ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਦੀ ਐਲਬਮ ਬਾਰੇ ਹੀ ਟਵਿੱਟਰ, ਟ੍ਰੇਲਰ ਤੇ ਹੋਰ ਵੀ ਜੋ ਸੋਸ਼ਲ ਮੀਡੀਆ ਪਲੇਟਫਾਰਮ ਨੇ ਇਹਨਾਂ ਦੇ ਹੈਸ਼ਟੈਗ ਟ੍ਰੈਂਡ ਕਰਵਾਏ ਜਾ ਰਹੇ ਹਨ। ਪਰ ਦੋਸਤੋ ਜੋ ਮੇਨ ਗੱਲ ਰਹਿਣ ਵਾਲੀ ਹੈ ਬਿਲਬੋਰਡ ਚਾਰਟ, ਜਿਸ ਦਾ ਕਿ ਅਸੀਂ ਵਾਰ ਵਾਰ ਜ਼ਿਕਰ ਕਰਦੇ ਹਾਂ। ਸਿੱਧੂ ਮੂਸੇਵਾਲਾ ਵੀ ਦੋਸਤੋ ਇਸਦਾ ਵਾਰ ਵਾਰ ਜ਼ਿਕਰ ਕਰਦਾ ਹੈ, ਕਿਉਂਕਿ ਦੋਸਤੋ ਅਹਿਮ ਗੱਲ ਹੁੰਦੀ ਹੈ, ਪਹਿਲਾਂ ਦੋਸਤੋ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਹੀ ਸੀ ਜਿਸ ਦੀ ਕਿ ਪਹਿਲੀ ਹੀ ਐਲਬਮ। ਇੱਦਾਂ ਨਹੀਂ ਕਿ ਦੋਸਤੋ ਹੋਰ ਵੀ ਕਈ ਪੰਜਾਬੀ ਸਿੰਗਰਾਂ ਦੀਆਂ ਐਲਬਮਸ ਗਾਣੇ ਬਿਲਬੋਰਡ ਚਾਰਟ ਤੇ ਟ੍ਰੈਂਡ ਕੀਤੇ ਹਨ, ਪਰ ਸਿੱਧੂ ਮੂਸੇਵਾਲਾ ਅਜਿਹਾ ਪੰਜਾਬੀ ਸਿੰਗਰ ਸੀ ਜਿਸ ਦੀ ਕਿ ਪਹਿਲੀ ਹੀ ਐਲਬਮ। ਇੱਕ ਦੋ ਗਾਣੇ ਬਾਅਦ ਉਸਨੇ ਦੋਸਤੋ ਆਪਣੀ ਐਲਬਮ ਦਾ ਐਲਾਨ ਕੀਤਾ ਸੀ, ਹਾਲਾਂਕਿ ਗਾਣੇ ਲੀਕ ਵੀ ਹੋ ਗਏ ਸਨ, ਫਿਰ ਵੀ ਉਸ ਦੀ ਐਲਬਮ ਬਿਲਬੋਰਡ ਚਾਰਟ ਤੇ ਟ੍ਰੈਂਡ ਕੀਤੀ ਸੀ। ਸੋ ਦੋਸਤੋ ਇਹੀ ਗੱਲਾਂ ਦੱਸਦੀਆਂ ਨੇ ਕਿ ਸਿੱਧੂ ਮੂਸੇਵਾਲੇ ਦਾ ਆਖਰ ਰੁਤਬਾ ਕੀ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ। ਤੇ ਦੋਸਤੋ ਹੁਣ ਤਾਂ ਸਿੱਧੂ ਦੇ ਫੈਨਾਂ ਦੀ ਵੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ। ਹੁਣ ਤਾਂ ਸਾਰੇ ਲੋਕਾਂ ਨੂੰ ਪਤਾ ਵੀ ਹੈ ਕਿ ਇਸ ਤਰੀਕੇ ਨਾਲ ਸਿੱਧੂ ਦੀ ਐਲਬਮ ਬਿਲਬੋਰਡ ਚਾਰਟ ਤੇ ਜਾ ਸਕਦੀ ਹੈ। ਕੀ ਲੱਗਦਾ ਹੈ ਫਿਰ ਦੋਸਤੋ, ਕੀ ਜੋ ਸੋਚਿਆ ਹੈ ਸਿੱਧੂ ਮੂਸੇਵਾਲਾ ਤੇ ਉਸਦੇ ਫੈਨਾਂ ਨੇ, ਕੀ ਉਹ ਹੋ ਜਾਵੇਗਾ, ਇਤਿਹਾਸ ਬਣਾ ਸਕੇਗੀ ਸਿੱਧੂ ਮੂਸੇਵਾਲੇ ਦੀ ਇਹ ਐਲਬਮ? ਇਸ ਬਾਰੇ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਤੇ ਦੋਸਤੋ ਜੇਕਰ ਤੁਸੀਂ ਵੀ ਆਪਣੀ ਕੋਈ ਵੀਡੀਓ ਜਾਂ ਨਿਊਜ਼ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਇੰਸਟਾਗ੍ਰਾਮ ਅਕਾਊਂਟ ਤੇ ਭੇਜ ਸਕਦੇ ਹੋ, ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰਿਓ। ਧੰਨਵਾਦ।